ਹਰ ਵੇਲੇ ਯਾਦ ਕਰਕੇ ਅੱਖਾਂ ਚ ਪਾਣੀ ਆਉਂਦਾ ਸੀ ਉਹਨਾਂ ਦੇ ਜਦੋਂ ਵੀ ਯਾਦ ਕਰਦੇ ਤੇ ਅਸੀਂ ਪੁੱਛਦੇ ਸੀ ਕਿ ਦਾਦਾ ਜੀ ਤੁਹਾਨੂੰ ਕੀ ਹੁੰਦਾ ਆਉਂਦੇ ਸੀ ਮੇਰੇ ਭਰਾ ਉੱਥੇ ਰਹਿ ਗਏ ਆ ਲਾਗੇ ਨੇ ਰਿਹਾ ਪਹਿਲੀ ਵਾਰੀ ਮੇਰੇ ਐ ਲੱਗ ਰਿਹਾ ਜਿਵੇਂ ਅੱਗੇ ਮਿਲਦੇ ਹੀ ਸੀ ਆਪਾਂ ਇੱਕ ਹੀ ਹੋ ਜਾਈਏ ਨਨਕਾਣਾ ਸਾਹਿਬ ਤੋਂ ਮੇਰੇ ਨਾਲ ਇੰਡੀਆ ਤੋਂ ਆਪਣੇ ਚੜ੍ਹਦੇ ਪੰਜਾਬ ਤੋਂ ਮਹਿਮਾਨ ਆਏ ਨੇ ਉਹਨਾਂ ਨਾਲ ਗੱਪ ਸ਼ੱਪ ਲਾਵਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਇੱਥੇ ਆ ਕੇ ਉਹਨਾਂ ਨੂੰ ਕਿਹੋ ਜਿਹਾ ਲੱਗਿਆ ਮਹਿਮਾਨਬਾਜ਼ੀ ਕਿੱਦਾਂ ਹੈਗੀ ਸੀ ਅਸਲਾਮ ਵਾਲੇਕੁਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਕੀ ਹਾਲ ਹੈ ਸਰਦਾਰ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਠਾਕ ਸਰ ਤੁਹਾਡਾ ਕੀ ਹਾਲ ਆ ਠੀਕ ਠਾਕ ਜੀ ਮੈਂ ਬਲਜੀਤ ਸਿੰਘ ਹਾਂਜੀ ਅਸੀਂ ਇੱਥੋਂ ਚੜ੍ਹਦੇ ਪੰਜਾਬ ਚੋਂ ਆਏ ਆ ਇੱਥੇ ਵਿਸਾਖੀ ਦਾ ਤਿਉਹਾਰ ਵੇਖਣ ਵਾਸਤੇ ਕਿਹੜਾ ਤੁਹਾਡਾ ਹਾਂਜੀ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਤਰਨ ਤਾਰਨ ਹੈ ਜੀ ਸਾਡਾ ਸਾਨੂੰ ਕਿਵੇਂ ਲੱਗਿਆ ਇੱਥੇ ਸਾਡੀ ਮਹਿਮਾਨਵਾਜੀ ਬਹੁਤ ਹੋਈ ਹੈ ਹਾਂਜੀ ਬਹੁਤ ਚੰਗੇ ਬੰਦੇ ਆ ਇੱਥੋਂ ਦੇ ਜੀ ਕਿਸੇ ਨੇ ਕੋਈ ਮਾੜੀ ਗੱਲ ਨਹੀਂ ਸਾਡੇ ਨਾਲ ਕੀਤੀ ਬਾਕੀ ਜਿੱਥੇ ਵੀ ਆ ਸਾਡੀ ਸਪੋਰਟ ਕੀਤੀ ਆ ਜੀ ਆਇਆਂ ਨੂੰ ਕੀਤਾ ਜੀ ਆਇਆਂ ਨੂੰ ਸਾਰਿਆਂ ਨੇ ਬਹੁਤ ਕੀਤਾ ਜੀ ਵਧੀਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਚਲੋ ਇਸ ਤਰ੍ਹਾਂ ਹੀ ਰਿਲੇਸ਼ਨ ਬਣੇ ਰਹਿਣੇ ਚਾਹੀਦੇ ਆ ਦੋਵਾਂ ਦੇਸ਼ਾਂ ਦੇ ਬਿਲਕੁਲ ਸਰਕਾਰਾਂ ਕੁਛ ਵੀ ਕਰਦੀਆਂ ਅਸੀਂ ਇਕੱਠੇ ਰਹਿੰਦੇ ਸੀ ਬਾਅਦ ਇਹ ਪਹਿਲੋਂ ਤਾਂ ਇਕੱਠਾ ਹੀ ਪੰਜਾਬ ਮੁੜ ਕੇ ਚਲੋ ਦੋ ਜਿਸ ਤਰ੍ਹਾਂ ਦੋ ਭਰਾ ਹੁੰਦੇ ਉਹ ਅਲੱਗ ਹੋ ਗਏ ਇਹ ਉਹ ਚੀਜ਼ ਹੋਈ ਆ ਇਹ ਅਲੱਗ ਕਰਤਾ ਸਾਨੂੰ ਤੁਹਾਡੇ ਰਣਜੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਬਹੁਤ ਬਹੁਤ ਖੁਸ਼ੀ ਮਿਲੀ ਇੱਥੇ ਆ ਕੇ ਤੇ ਬਹੁਤ ਇਸਾਨੀ ਮੈਂ ਦੋਨੋਂ ਦੇਸ਼ਾਂ ਨੂੰ ਇੱਕ ਜੋੜੇ ਹੋ ਜਾਣਾ ਚਾਹੀਦਾ ਆ ਤੇ ਬਹੁਤ ਪਿਆਰ ਦਿੱਤਾ ਬਹੁਤ ਓਕੇ ਜੀ ਸਰਦਾਰ ਜੀ ਸਰਦਾਰਨੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਅਸੀਂ ਤੇ ਕਹਿੰਦੇ ਸਾਨੂੰ ਹਰ ਵਾਰੀ ਵੀਜ਼ਾ ਮਿਲੇ ਤੇ ਵਿਸਾਖੀ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਡਾ ਬਹੁਤ ਸਤਿਕਾਰ ਕੀਤਾ ਵੀਰਾਂ ਨੇ ਸਾਂਝਾ ਜੀ ਬਿਲਕੁਲ ਜਾਂਦੇ ਆ ਸਾਡੇ ਨਾਲ ਬਹੁਤ ਫੋਰਸ ਭੇਜਦੇ ਆ ਸਾਡੀ ਸੁਰੱਖਿਆ ਕੀਤੀ ਉਹਨਾਂ ਨੇ ਬਹੁਤ ਅੱਛਾ ਤੁਸੀਂ ਕੋਈ ਬਚਪਨ ਦੇ ਵਾਕਿਆ ਸੁਣਾਓ ਤੁਹਾਡੀ ਦਾਦੀ ਨਾਨੀ ਨੇ ਕੋਈ ਸੁਣਾਇਆ ਹੋਵੇ ਕਿ ਅਸੀਂ ਇਕੱਠੇ ਰਹਿੰਦੇ ਸੀ ਈਦ ਬਕਰੀਦ ਆਉਂਦੀ ਸੀ ਵਿਸਾਖੀ ਮੇਲਾ ਆਉਂਦਾ ਸੀ ਇੱਕ ਦੂਜੇ ਦੇ ਘਰ ਖੀਰ ਜਾ ਰਹੀ ਹੈ ਸਾਗ ਆ ਰਿਹਾ ਮੱਖਣ ਵੀ ਹੈਗਾ ਪਿਆਰ ਮੁਹੱਬਤ ਵੀ ਬਹੁਤ ਹੈਗਾ ਸੀ ਕੀ ਸੁਣਾਓ ਪਿੰਡ ਕਸੂਰ ਲਾਗੇ ਪਤਮੇ ਆ ਅੱਛਾ ਕਸੂਰ ਲਾਗ ਪੱਤੂ ਕੇ ਪਿੰਡ ਇਸ ਲਈ ਉਹ ਹਰ ਵੇਲੇ ਯਾਦ ਕਰਦੇ ਰਹਿੰਦੇ ਸੀ ਕਿ ਸਾਡੇ ਉੱਥੇ ਪੁਰਾਣੇ ਦੋਸਤ ਮਿੱਤਰ ਸੀਗੇ ਹਰ ਵੇਲੇ ਯਾਦ ਕਰਕੇ ਅੱਖਾਂ ਚ ਪਾਣੀ ਆਉਂਦਾ ਸੀ ਉਹਨਾਂ ਦੇ ਜਦੋਂ ਵੀ ਯਾਦ ਕਰਦੇ ਤੇ ਅਸੀਂ ਪੁੱਛਦੇ ਸੀ ਕਿ ਦਾਦਾ ਜੀ ਤੁਹਾਨੂੰ ਕੀ ਹੁੰਦਾ ਆਉਂਦੇ ਸੀ ਮੇਰੇ ਭਰਾ ਉੱਥੇ ਰਹਿ ਗਏ ਆ ਕਿ ਸਾਡੇ ਨਾਲ ਬਹੁਤ ਕਰਦੇ ਸੀ ਪ੍ਰੇਮ ਪਤਾ ਨੀ ਕਿਹੜਾ ਵਿੱਚ ਕਿੱਦਾਂ ਕੀ ਹੋ ਗਿਆ ਸਾਨੂੰ ਸਮਝ ਨੀ ਲੱਗੀ ਲੱਗਦੇ ਹਾਂਜੀ ਮੈਂ ਸੁਰਿੰਦਰ ਕੌਰ ਅੰਮ੍ਰਿਤਸਰ ਤੋਂ ਆ ਇਹ ਮੇਰੀ ਹਾਂਜੀ ਇਹ ਮੇਰੀ ਭਤੀਜੀ ਆ ਅਸੀਂ ਇਕੱਠੇ ਆਏ ਆ ਤੇ ਮੇਰੇ ਡੈਡੀ ਸੀ ਮੰਮੀ ਉਹ ਇੱਥੋਂ ਪੱਤਵੀ ਅਸੀਂ ਸੀ ਸਾਡਾ ਪਿੰਡ ਜੱਦੀ ਪਿੰਡ ਉਹ ਇਧਰੋਂ ਹੀ ਗਏ ਆ ਤੇ ਸਾਡਾ ਬਹੁਤ ਜੀ ਕਰਦਾ ਕਦੋਂ ਪਾਕਿਸਤਾਨ ਦੇਖੀਏ ਜਿੱਥੇ ਸਾਡੇ ਵੱਡੇ ਰਹੇ ਪਹਿਲੀ ਵਾਰੀ ਆਇਆ ਹੁਣ ਦਿਲ ਤਾਂ ਕਰਦਾ ਹਰ ਵਾਰੀ ਜਲਦੀ ਆਈਏ ਬਸ ਸਰੀਰ ਅਜੇ ਹੁਣ ਇੰਨਾ ਇਜਾਜ਼ਤ ਨੀ ਦਿੰਦਾ ਵੀ ਦੁਬਾਰਾ ਕਦੋਂ ਆਵਾਂਗੇ ਇੰਨਾ ਚੰਗਾ ਲੱਗਿਆ ਲੱਗ ਹੀ ਨੀ ਰਿਹਾ ਪਹਿਲੀ ਵਾਰੀ ਮਿਲ ਰਿਹਾ ਐ ਲੱਗ ਰਿਹਾ ਜਿਵੇਂ ਅੱਗੇ ਮਿਲਦੇ ਹੀ ਸੀ ਜਾਣਦੇ ਤੁਹਾਡੇ ਮੁਲਾਜ਼ਮ ਮੁਲਾਜ਼ਮਾਂ ਨੇ ਇੰਨਾ ਪਿਆਰ ਦਿੱਤਾ ਤੇ ਏਡੇ ਵਧੀਆ ਰਿਸਪੈਕਟ ਨਾਲ ਬੋਲ ਰਹੇ ਆ ਹੱਥਾਂ ਤੇ ਚੁੱਕਿਆ ਬਹੁਤ ਹੀ ਆਮ ਜਿਹੜੀ ਜਨਤਾ ਹੈਗੀ ਆਮ ਆਵਾਮ ਹਾਂਜੀ ਉਹਨਾਂ ਨਾਲ ਥੋੜਾ ਬਹੁਤ ਇੰਟਰੈਕਸ਼ਨ ਹੋਇਆ ਸਾਡਾ ਇੰਨਾ ਜ਼ਿਆਦਾ ਨਹੀਂ ਹੋਇਆ ਹਾਂ ਥੋੜਾ ਬਹੁਤ ਕਿਸੇ ਕਿਸੇ ਨੂੰ ਮਿਲੇ ਆ ਮਤਲਬ ਰਾਜਮਾਨ ਗੱਪ ਛੱਪ ਕਰੀ ਜਾ ਰਹੇ ਸਾਨੂੰ ਮਜ਼ਾ ਹੀ ਬੜਾ ਆ ਰਿਹਾ ਉਹਨਾਂ ਜਵਾਬ ਵਿੱਚ ਵੀ ਹੈਗੇ ਤੁਸੀਂ ਕੀ ਕਹਿਣਾ ਚਾਹੋ ਅਸੀਂ ਆਨੇ ਵੀ ਸਾਰਾ ਪੰਜਾਬ ਆਪਾਂ ਇੱਕ ਹੀ ਹੋ ਜਗੇ ਇੱਕ ਹੀ ਹੋ ਜਾਈਏ ਕੀ ਹੋ ਜਗੇ ਤੇ ਇਤਰੇ ਆਉਂਦੇ ਜਾਂਦੇ ਰਹੇ ਹਾਂਜੀ ਇੱਕ ਜੀ ਸਾਨੂੰ ਬਹੁਤ ਚੰਗਾ ਲੱਗਾ ਇੱਥੇ ਆ ਕੇ ਹੋਣਾ ਤਾਂ ਐਦਾਂ ਚਾਹੀਦਾ ਸੀ ਪੰਜਾਬ ਦੀ ਜਿਹੜੀ ਤਕਸੀਮ ਹੋਈ ਆ ਮੈਂ ਨਹੀਂ ਪੜਦਾ ਨਹੀਂ ਅਸੀਂ ਇਹ ਲਾਹੌਰ ਆਏ ਆ ਅਸੀਂ ਰਾਜ ਲਾਦਾ ਇੰਡੀਆ ਫਿਰਦੇ ਆ ਇੰਡੀਆ ਫਿਰਦੇ ਆ ਹਾਂਜੀ ਕੀ ਜਮਨ ਸਾਨੂੰ ਬਹੁਤ ਵਧੀਆ ਲੱਗਾ ਜਾਂ ਦਾ ਖੁਦਾ ਗਾਣਾ ਹੈ ਨਾ ਇੱਕ ਰੇਲ ਗੱਡੀ ਆਵੇ ਸ਼ੁਕ ਦੀ ਦਿੱਲੀਓ ਤੇ ਲਾ
ਰੋ ਇੱਧਰ ਚੁੱਕਦੀਆਂ ਜਾਣ ਗੱਡੀਆਂ ਇੱਧਰ ਉੱਧਰ ਜੀ। ਸਰ ਤੁਸੀਂ ਕੋਈ ਸ਼ਾਇਰੀ ਸੁਣਾਉਣਾ ਚਾਹੋ ਬਾਬੇ ਬਾਬੇ ਗੁਰੂ ਨਾਨਕ ਦੀ ਜਾਂ ਨਹੀਂ ਕਰਦੇ ਤੁਸੀਂ? ਨਹੀਂ ਉਹ ਭੈਣ ਜੀ ਕਰਦੇ ਹੋਗੇ, ਮੈਂ ਸ਼ਾਇਰੀ ਤੇ ਨਹੀਂ ਕਰਦੀ, ਪਰ ਇਹ ਹੀ ਆ ਵੀ ਸੁਣਿਆ ਬਹੁਤ ਕੁਛ ਸੀ, ਹੁਣ ਵੇਖ ਕੇ ਵੀ ਚੰਗਾ ਲੱਗਾ। ਇੱਥੇ ਜੋ ਵੀ ਛੋਟਾ ਮੋਟਾ ਜੋ ਵੀ ਵੇਖਦੇ ਨਾ, ਇੰਜ ਅਸੀਂ ਅੱਖਾਂ ਭਰ ਭਰ ਵੇਖਦੇ ਵੀ ਇਹਨੂੰ ਵਿਸਾਲ ਗਏ ਅੰਦਰ, ਹਨਾ ਵੀ ਦੁਬਾਰਾ ਕਦੋਂ ਆਉਣਾ ਤੇ ਕਦੋਂ ਫੇਰ ਦੁਬਾਰਾ ਵੇਖਣਾ। ਇਹ ਕਿੰਨੀ ਉਮਰ ਹੋ ਗਈ? 58। ਤੁਸੀਂ ਇੰਨੇ ਅਰਸੇ ਬਾਅਦ ਆਏ, ਹੁਣ ਤੱਕ ਤੁਹਾਨੂੰ ਕੋਈ 50-60 ਚੱਕਰ ਲਾ ਲੈਣੇ ਚਾਹੀਦੇ ਸੀ, ਥੋੜਾ ਆਪਣਾ ਨਾਨਕਾ ਦਾਦਕਾ ਕਰ ਲਿਆ। ਬਹੁਤ ਦੇਰ ਦਾ ਸੀ ਆਪਸ ਵਿੱਚ ਸਲਾਹ ਕਰਦੇ ਸੀ, ਪਤਾ ਨੀ ਹੁਣ ਹੀ ਸੰਜੋ ਇੱਧਰ ਹੁਣ ਦਾਣਾ ਪਾਣੀ ਸੀ ਸਾਡਾ ਤਾਂ ਹੁਣ ਆਏ, ਲਾਵਾ ਹੁਣ ਆਇਆ, ਹੁਣ ਆਇਆ ਸਲਾਹ ਬੜੇ ਚਿਰ ਦੀ ਕਰ ਰਹੇ ਅਸੀਂ ਬਾਰ ਬਾਰ ਜੀ। ਜਦੋਂ ਤੁਹਾਡਾ ਦਿਲ ਕਰੇ ਤੁਸੀਂ ਜਿਸ ਟਾਈਮ ਮਰਜ਼ੀ ਆਓ, ਤੁਹਾਡਾ ਆਪਣਾ ਮੁਲਕ ਹੈ, ਤੁਹਾਡਾ ਆਪਣਾ ਇਲਾਕਾ ਹੈਗਾ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ, ਜਿਹੜੀ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਕੀ ਪੈਗਾਮ ਦੇਣਾ ਚਾਹੋਗੇ ਪਾਕਿਸਤਾਨੀਆਂ ਨੂੰ? ਅਸੀਂ ਲਹਿੰਦੇ ਪੰਜਾਬੀਆਂ ਨੂੰ, ਲਹਿੰਦੇ ਪੰਜਾਬੀ ਤੇ ਚੜ੍ਹਦੇ ਪੰਜਾਬੀ ਸਾਰੇ ਇਕੱਠੇ, ਜਿਸ ਤਰ੍ਹਾਂ ਇਹਨਾਂ ਦੇ ਹਰ ਇੱਕ ਚੀਜ਼ ਸਾਂਝੀ ਆ, ਹਰ ਇੱਕ ਚੀਜ਼ ਵਿਆਹ ਸ਼ਾਦੀਆਂ ਹਰ ਇੱਕ ਚੀਜ਼, ਜਿਸ ਤਰ੍ਹਾਂ ਅਸੀਂ ਰਾਤੀ ਗੱਲਾਂ ਕਰਨ ਡਿਆ ਸੀ ਸਿਕਿਉਰਿਟੀ ਅਫਸਰਾਂ ਨਾਲ, ਉਹ ਇਸ ਤਰ੍ਹਾਂ ਦੱਸਦੇ ਸੀਗੇ ਵੀ ਸਾਡੇ ਇਸ ਤਰ੍ਹਾਂ ਹੁੰਦਾ, ਅਸੀਂ ਵੀ ਆਉਂਦੇ ਸਾਡੇ ਵੀ ਇਸ ਤਰ੍ਹਾਂ ਹੁੰਦਾ, ਤੇ ਇਸ ਤਰ੍ਹਾਂ ਸਾਰੇ ਇੱਕੋ ਹੋ ਜੇ ਆਪਣਾ ਪੰਜਾਬ। ਅਸੀਂ ਤਾਂ ਫਿਲਮਾਂ 'ਚ ਵੇਖਦੇ ਹਾਂ ਉਹ ਜੋ ਨਿੱਕੇ ਜਿਹੇ ਹੁੰਦੇ ਸੀ, ਤੇ ਉਹੀ ਯਾਨੀ ਕਿ ਕਲਚਰ ਹੈਗਾ, ਉਹੀ ਰਸਮਾਂ ਰਿਵਾਜ ਹੈਗੇ ਨੇ, ਬਸ ਥੋੜਾ ਜਿਹਾ ਲਹਿਜਾ ਚੇਂਜ ਹੈਗਾ। ਇੱਥੇ ਲਾਹੌਰ ਦੀ ਪੰਜਾਬੀ ਹੋਰ ਹੈਗੀ ਹੈ, ਪਕਾੜੇ ਜਾਓਗੇ ਤਾਂ ਹੋਰ ਹੈਗੀ ਹੈ, ਉਦੋਂ ਅੰਮ੍ਰਿਤਸਰ ਦੀ ਹੋਰ ਹੈਗੀ ਹੈ, ਹੋ ਰਹੀ ਹੈ, ਲੇਕਿਨ ਲਹਿਜੇ ਥੋੜੇ ਬਹੁਤ ਚੇਂਜ ਹੁੰਦੇ, ਹੈਗੀ ਤਾਂ ਪੰਜਾਬੀ ਹੈ। ਹਾਂਜੀ ਤੇ ਸਰ ਹੁਣ ਤੁਸੀਂ ਦੁਬਾਰਾ ਕਦੋਂ ਆਉਣਾ ਫਿਰ? ਦੁਬਾਰਾ ਅਸੀਂ ਤੇ ਸਾਡਾ ਕੋਈ ਦਾਦਾ ਪੜਦਾਦਾ ਨਹੀਂ ਆਇਆ, ਪਰ ਅਸੀਂ ਚਲੋ ਆਪਣੀ ਖਾਨਦਾਨੀ ਚ ਪਹਿਲੇ ਆ ਵੀ ਅਸੀਂ ਇੱਥੇ ਪਾਕਿਸਤਾਨ ਆਏ, ਬਾਬੇ ਨਾਨਕ ਨੇ ਹੁਣ ਸਾਨੂੰ ਬੁਲਾਵਾ ਭੇਜਿਆ ਤੇ ਅਸੀਂ ਹੁਣ ਆ ਗਏ, ਹੁਣ ਆਇਆ ਕਰਾਂਗੇ। ਹੁਣ ਇਹਨਾਂ ਦੇ ਨਹੀਂ ਰਹਿੰਦੇ ਗੇ, ਇਹ ਫਿਰ ਸਾਡੀ ਬੇਟੀ ਇੱਧਰ ਵਿਆਹੀ ਆ, ਸਾਡੇ ਮੇਰੇ ਮੰਮੀ ਡੈਡੀ ਮੇਰਾ ਬ੍ਰਦਰ ਇਹਦਾ ਡੈਡੀ ਉਹ ਹਜੇ ਹੈਗੇ ਆ, ਤੇ ਉਹ ਉੱਥੇ ਖੇਡੇ ਪੱਤੂ ਕੇ, ਪੱਤੂ ਕੀ ਬਣ ਗਿਆ ਹੁਣ? ਪਹਿਲਾਂ ਹਾਂ ਪਹਿਲਾਂ ਪੱਤੂ ਕਹਿੰਦੇ ਸੀ, ਹੁਣ ਤਾਂ ਤਹਿਸੀਲ ਕਹਿੰਦੇ ਬਣ ਗਈ ਆ, ਤੇ ਹੁਣ ਜੀ ਤਾਂ ਕਰਦਾ ਉੱਥੇ ਵੀ ਜਾਈਏ ਦੇਖ ਆਈਏ ਜਿੱਥੇ, ਹੈ ਨਾ? ਕਿੰਨਾ ਲੰਬਾ ਲਿਆਂਦਾ ਵੀਜ਼ਾ? ਤਾਂ 10 ਦਿਨ ਦਾ ਹੀ ਮਿਲਿਆ। ਅੱਛਾ ਹੁਣ ਕਿੰਨੇ ਦਿਨ ਹੋ ਗਏ? ਆ ਹੁਣ ਅਸੀਂ ਆਏ ਆ 13 ਤਰੀਕ ਦੇ ਤੇ 22 ਨੂੰ ਜਾਣਾ, ਤੇ ਫਿਰ ਜਦੋਂ ਅਸੀਂ ਲਾਹੌਰ ਜਾਵਾਂਗੇ ਜੇ ਸਾਨੂੰ ਕਹਿਣਗੇ ਵੀ ਤੁਸੀਂ ਜਾ ਸਕਦੇ ਇੱਧਰ ਉੱਧਰ, ਫਿਰ ਅਸੀਂ ਗੱਡੀ ਕਰਕੇ ਚਲੇ ਜਾਵਾਂਗੇ। ਤੁਸੀਂ ਉੱਥੇ ਮਹਿਕਮਾ ਗਾਫ ਨੂੰ ਅਰਜ਼ੀ ਲਿਖਦੇ ਨੇ ਨਾ ਕਿ ਅਸੀਂ ਆ ਪੁੱਤੋ ਨਾਲ 60 ਕਿਲੋਮੀਟਰ ਹੈਗਾ ਲਾਹੌਰ ਤੋਂ, ਤੁਸੀਂ ਆਪਦੇ ਦਾਦਕੇ ਪਿੰਡ ਹੋ ਕੇ ਭੇਜ ਦੇਣਗੇ, ਫਿਰ ਅਸੀਂ ਜ਼ਰੂਰ ਜਾਣਾ। ਕੋਸ਼ਿਸ਼ ਕਰ ਲੈਣਾ, ਹੋ ਸਕਦਾ ਸੋਹਣੀ ਬਟੇਰੇ ਉੱਥੇ ਰਹਿੰਦੇ ਰਹੇ ਆ, ਅਸੀਂ ਜ਼ਰੂਰ ਉਸ ਧਰਤੀ ਦੇ ਦਿਲ ਕਰਦਾ ਜਾਂ। ਹਾਂ ਨਾਜ਼ਰੀਨ ਨੇ ਗੱਲਾਂ ਕੀਤੀਆਂ ਤੇ ਪੁਰਾਣੀ ਗੱਲਾਂ ਯਾਦ ਕਰਕੇ, ਅਸੀਂ ਤਾਂ ਇੱਥੇ ਸੁਣਦੇ ਸੀ ਨਾਨੀ ਦਾਦੀ ਪੜਨਾਨੀ ਕੋਲੋਂ ਕਿ ਉੱਥੇ ਪੰਜਾਬ ਜਾਈਏ, ਚੜ੍ਹਦੇ ਪੰਜਾਬ ਤੇ ਇੰਨੇ ਪਿਆਰ ਖਲੂਸ ਨਾਲ ਮਿਲਦੇ ਨੇ, ਪਤਾ ਨਹੀਂ ਲੱਗਦਾ ਕਿ ਇਹ ਪੰਜਾਬ ਹੋਰ ਹੈਗਾ ਤਾਂ ਉਹ ਹੋਰ ਹੈਗਾ। ਇੱਥੇ ਇਹਨਾਂ ਨੂੰ ਮਿਲਿਆ ਐਵੇਂ ਲੱਗਦਾ ਮੇਰੀ ਨਾਨੀ ਦਾਦੀ ਦੇ ਰੂਹ ਵੀ ਇਹਨਾਂ ਵਿੱਚ ਵਸਦੀ ਹੈਗੀ ਹੈ, ਪਤਾ ਨਹੀਂ ਰਿਸ਼ਤੇਦਾਰ ਹੈਗੇ ਸੀ ਕਿ ਕੀ ਹੈਗੇ ਸੀ। ਤੁਸੀਂ ਕੀ ਸੋਚਦੇ ਸਮਝਦੇ ਹੋ ਕਮੈਂਟ ਬੋਕਸ ਵਿੱਚ ਲਾਜ਼ਮੀ ਮੈਨਸ਼ਨ ਕਰਨਾ, ਤੇ ਇਹਨਾਂ ਨੂੰ ਦੁਬਾਰਾ ਕਦੋਂ ਜੀ ਆਇਆਂ ਨੂੰ ਕਹਿਣਾ ਇਹ ਵੀ ਤੁਸੀਂ ਸਾਨੂੰ ਦੱਸਣਾ। ਮੈਨੂੰ ਜ਼ਿਆਦਾ ਦਿਓ ਅਗਲੀ ਵੀਡੀਓ ਤੱਕ ਕੇ ਲਈ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼।